ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਦੇ 35 ਵਰੇ ਪੂਰੇ ਹੋ ਰਹੇ ਨੇ। 6 ਜੂਨ ਨੂੰ ਭਾਰਤੀ ਫੌਜ ਹਮਲਾਵਰ ਬਣ ਕੇ ਦਰਬਾਰ ਸਾਹਿਬ ਤੇ ਹਮਲਾ ਕਰਨ ਆਈ ਸੀ। ਸਿੰਘਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ ਸੀ, ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ, ਭਾਰਤੀ ਫੌਜ ਨੇ ਨਿਰਦੋਸ਼ ਲੋਕਾਂ ਨੂੰ ਆਪਣੀ ਗੋਲੀਆਂ ਦਾ ਸ਼ਿਕਾਰ ਬਣਾਇਆ, ਅਕਾਲ ਤਖਤ ਸਾਹਿਬ ਤੋਪਾਂ ਨਾਲ ਢਹਿ ਢੇਰੀ ਕੀਤਾ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਾੜ ਕੇ ਉਹਦੇ ਵਿੱਚੋਂ ਵਡਮੁੱਲਾ ਖਜ਼ਾਨਾ ਨਾਲ ਲੈ ਗਏ, ਲੁੱਟ ਕੇ ਲੈ ਗਏ। ਅਸੀਂ ਉਸ ਜਿਹੜੀ ਘਟਨਾ ਵਾਪਰੀ ਹੈ, ਦਰਦਨਾਕ ਘਟਨਾ, ਜਿਹੜੀ ਇੱਕ ਹਮਲਾ ਹੋਇਆ ਸੀ, ਉਸ 'ਤੇ ਰੋਹ ਵਜੋਂ ਅੱਜ ਇੱਕ ਘੱਲੂਘਾਰਾ ਯਾਦਗਾਰੀ ਮਾਰਚ ਕੱਢ ਰਹੇ ਹਾਂ, ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ, ਜਿਹੜੇ ਮਾਰੇ ਗਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ, ਹਿੰਦੁਸਤਾਨ ਦੀ ਸਰਕਾਰ ਨੂੰ ਦੱਸਣ ਲਈ ਕਿ ਅਸੀਂ ਤੁਹਾਨੂੰ ਭੁੱਲੇ ਨਹੀਂ ਹਾਂ, ਤੁਸੀਂ ਜੋ ਵਹਿਸ਼ੀਕਾਰ ਆ ਸਾਡੇ ਉੱਤੇ ਕੀਤਾ ਸੀ, ਸਾਡੀ ਕੌਮ 'ਤੇ ਕੀਤਾ ਸੀ, ਇਹ ਕੌਮ ਕਦੇ ਵੀ ਆਪਣੇ ਦੁਸ਼ਮਣ ਨੂੰ, ਆਪਣੇ ਦੋਸ਼ੀਆਂ ਨੂੰ, ਆਪਣੇ ਜਿਹੜੇ ਵੈਰੀ ਹੁੰਦੇ ਨੇ ਉਹਨਾਂ ਨੂੰ ਭੁੱਲਦੀ ਨਹੀਂ। ਜਿਹੜੇ ਹਮਲਾਵਰ ਬਣ ਕੇ ਸਾਡੇ ਗੁਰਧਾਮਾਂ ਦੇ ਉੱਤੇ ਚੜ੍ਹੇ ਸੀ, ਅਸੀਂ ਉਹਨਾਂ ਨੂੰ ਭੁੱਲੇ ਨਹੀਂ ਹਾਂ, ਨਾ ਹੀ ਅਸੀਂ ਉਹਨਾਂ ਨੂੰ ਮਾਫ਼ ਕੀਤਾ ਹੈ। ਅਸੀਂ ਇਸ ਘਟਨਾ ਦੇ ਇਸ ਜੋ ਘੱਲੂਘਾਰਾ ਵਾਪਰਿਆ ਉਸ ਦੇ ਰੋਸ ਵਜੋਂ ਕੱਲ੍ਹ ਅੰਮ੍ਰਿਤਸਰ ਬੰਦ ਦਾ ਸੱਦਾ ਵੀ ਦਿੱਤਾ ਅਤੇ ਨਾਲ ਹੀ ਸਿੱਖ ਕੌਮ ਨੂੰ, ਜਿਹੜੀ ਪੂਰੀ ਦੁਨੀਆ ਵਿੱਚ ਫੈਲੀ ਹੈ, ਉਸ ਨੂੰ ਇੱਕ ਸੱਦਾ ਦਿੱਤਾ ਕਿ ਕੱਲ੍ਹ 6 ਜੂਨ ਨੂੰ ਖਾਲਿਸਤਾਨ ਸੰਘਰਸ਼ ਦਿਵਸ ਦੇ ਵਜੋਂ ਮਨਾਉਣ, ਆਪਣੇ ਆਪਣੇ ਜਗ੍ਹਾ 'ਤੇ ਖਾਲਿਸਤਾਨ ਸੰਘਰਸ਼ ਦੀਆਂ ਅਰਦਾਸਾਂ ਕਰਨ ਅਤੇ ਸਿੰਘਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੀ ਅਰਦਾਸਾਂ ਕਰਨ ਔਰ ਇਸੇ ਤਰ੍ਹਾਂ ਸੰਘਰਸ਼ ਨੂੰ ਅੱਗੇ ਤੋਰਨ। ਦੁਨੀਆ ਜਿੱਥੇ ਵੀ ਕੋਈ ਸਿੱਖ ਰਹਿੰਦਾ ਹੈ ਉਹ ਕੱਲ੍ਹ 6 ਜੂਨ ਦਾ ਦਿਨ ਜਿਹੜਾ ਖਾਲਿਸਤਾਨ ਸੰਘਰਸ਼ ਦਿਵਸ ਦੇ ਤੌਰ 'ਤੇ ਮਨਾਵੇ। ਅਸੀਂ ਭਾਰਤ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ, ਸਾਰਿਆਂ ਨੂੰ ਇਹ ਵਾਰਨ ਕਰਦੇ ਹਾਂ ਕਿ ਇਹ ਜਿਹੜੀ ਕੌਮ ਹੈ ਇਹ ਕਿਸੇ ਕਦੀ ਵੀ ਆਪਣੇ ਦੋਸ਼ੀ ਨੂੰ, ਆਪਣੇ ਵੈਰੀ ਨੂੰ ਭੁੱਲਦੀ ਨਹੀਂ ਹੈ। ਅਸੀਂ ਉਦੋਂ ਵੀ ਜਿਨ੍ਹਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ ਉਸ ਨੂੰ ਮਾਫ਼ ਨਹੀਂ ਸੀ ਕੀਤਾ, ਅੱਗੋਂ ਵੀ ਜਿਹੜਾ ਦਰਬਾਰ ਸਾਹਿਬ ਦੀ ਵੱਲ ਕੈਰੀ ਅੱਖ ਕਰਕੇ ਵੇਖੇਗਾ, ਜਿਹੜਾ ਹਮਲਾ ਕਰੇਗਾ ਬੇਹੁਰਮਤੀ ਕਰੇਗਾ, ਸਿੱਖ ਕੌਮ ਆਪਣੀ ਰਵਾਇਤ ਅਨੁਸਾਰ ਉਸੇ ਤਰ੍ਹਾਂ ਡਟ ਕੇ ਜਵਾਬ ਦੇ। ਨਹੀਂ ਭੁੱਲਾਂਗਾ, ਇੰਡੀਆ ਨੂੰ ਮਾਫ਼ ਨਹੀਂ ਕਰਾਂਗਾ।